ਹੈਲੋ एवरीवन ਅੱਜ ਅਪ ਕਰਾਂਗੇ ਪਾੜਛੈ ਗੁਟਰ ਗੂੰ ਗੁਟਰ ਗੂੰ ਗੁਟਰ ਗੂੰ ਗੁਟਰ ਗੂੰ ਲੋਕ ਕਹਿਣ ਮੈਨੂੰ ਚੀਨਾ ਗੋਲਾ ਰੰਗ ਬਰੰਗਾ ਬੁਝ ਲੈ ਤੂੰ ਖੰਬਨੇ ਮੇਰੇ ਰੰਗ ਬਿਰੰਗੇ ਚਿੱਟੇ ਕਾਲੇ ਲੱਗਦੇ ਚੰਗੇ ਲਾਲ ਬਿੰਦਾ ਤੇ ਲਾਟਣ ਗੋਲਾ ਕਿੰਨੇ ਹੀ ਮੇਰੇ ਨਾਨੇ ਊ ਗੁਟਰ ਗੂੰ ਗੁਟਰ ਗੂੰ ਮੋਜਨ ਨਾਲ ਮੈਂ ਚੁਗਦਾ ਦਾ ਨਹੀਂ ਚੌਕਾ ਜਦ ਵੀ ਪਾਉਨਿਆ ਨੇ ਤੋਤਲਿਆਂ ਨਾਲ ਗੱਲਾਂ ਕਰਦਾ ਚੋਗੇ ਵਾਂਹੀ ਰੱਖਦਾ ਮੂੰਹ ਗੁਟਰ ਗੂੰ ਗੁਟਰ ਗੂੰ ਅੰਬਰੀ ਜਦੋਂ ਉਡਾਰੀ ਲਾਵਾਂ ਬਦਲਾ ਤੋਂ ਉੱਚਾ ਉੱਡ ਜਾਵਾਂ ਕਰਦਾ ਮੈਂ ਰਾ ਨਹੀਂ ਪੁੱਲ ਦਾ ਮੁੜ ਆਵਾ ਆਥਨ ਨੂੰ ਗੁਟਰ ਗੂੰ ਗੁਟਰ ਗੂੰ ਕਦੋਂ ਕਿਸੇ ਢੋਲ ਦੀ ਚਿੱਟੀ ਮਰਗ ਬਿਆ ਦੀ ਕੌੜੀ ਮਿੱਠੀ ਖਬਰਾਂ ਮੈਂ ਹੀ ਪਹੁੰਚਾਂਦਾ ਸੀ ਕਦੇ ਨਾ ਕਰਦਾ ਚੂਚਾਚੂ ਗੁਟਰ ਗੂੰ ਗੁਟਰ ਗੂੰ ਮੈਂ गावा ਗੀਤ ਅਮੰਦਾ ਪਲਾ ਲੋੜ ਦਾ ਸਬਨਾ ਦਾ ਰਲ ਕੇ ਰਹਿਣਾ ਮਿੱਥੋ ਸਿੱਖੋ ਮਨ ਚੋਂ ਕੱਢੋ ਨਫ਼ਰਤ ਨੂੰ ਗੁਟਰ ਗੂੰ ਗੁਟਰ ਗੂੰ ਹੁਣ ਆਪਾਂ ਕਰਾਂਗੇ ਪਾਠ ਅਭਿਆਸ ਸਤਰਾ ਪੂਰੀ ਪੁਰੀਆਂ ਕਰੋ ਡੈਸ਼ ਵੇ ਰੰਗੇ ਖੰਭ ਨੇ ਮੇਰੇ ਰੰਗ ਵੀ ਰੰਗੇ डैश चंगे चिट्टे काले लगदे चंगे हे लिखा प्रश्न दे उत्तर लिखो गुटरगूं गुटरगूं केड़ा पंछी बोलदा है गुटरगूं गुटरगूं कबूतर पंछी बोलदा है कबूतर दे सब खंभ कीड़े कीड़े रंगा दे हुंदे हन कबूतर दे खंभ चिट्टे अते काले रंगा दे हुंदे हन कबूतर दे होर ना लिखो ਕਬੂਤਰ ਦੇ ਹੋਰ ਨਾਂ ਹਨ ਲਾਲ ਬਿੰਦਾ ਲੋਟਨ ਅਤੇ ਗੋਲਾ ਕਬੂਤਰ ਤੋਂ ਕੀ ਕੰਮ ਲਿਆ ਜਾਂਦਾ ਸੀ ਕਬੂਤਰ ਤੋਂ ਖੁਸ਼ੀ ਅਤੇ ਗਮੀ ਦੀਆਂ ਖਬਰਾਂ ਪਹੁੰਚਾਉਣ ਦਾ ਕੰਮ ਲਿਆ ਜਾਂਦਾ ਸੀ ਕਬੂਤਰ ਕਿਹੜਾ ਗੀਤ ਗਾਉਂਦਾ ਹੈ ਕਬੂਤਰ ਅਮਨ ਦਾ ਗੀਤ ਗਾਉਂਦਾ ਹੈ ਪੜੋ ਸਮਝੋ ਅਤੇ ਲਿਖੋ ਨਿਆਨੇ ਸਿਆਨੇ ਉੱਚਾ ਨੀਵਾ ਅਧਨ ਸਵੇਰ ਕੋੜੀ ਮਿੱਠੀ ਕਾਲੇ ਚਿੱਟੇ ਬੁਰਾ ਪਲਾ ਚੰਗੇ ਮੰਦੇ ਇਸ ਪਾਠ ਵਿੱਚ 8 ਲਿਖੇ ਸ਼ਬਦ ਆਏ ਹਨ ਇਹਨਾਂ ਨੂੰ ਸਮਝੋ ਮਰਗ ਮਰਗ ਦਾ ਅਰਥ ਹੈ ਮ੍ਰਿਤਯੂ ਇਸ ਲਈ ਮੌਤ ਤੇ ਕਾਲ ਸ਼ਬਦ ਵੀ ਵਰਤਿਆ ਜਾਂਦਾ ਹੈ ਆਥਨ ਅਥਨ ਦਾ ਅਰਥ ਹੈ ਸਾਂਝ ਇਸ ਲਈ ਤਕਾਲਾ ਤੇ ਸ਼ਾਮਦ ਸ਼ਬਦ ਵੀ ਵਰਤਿਆ ਜਾਂਦਾ ਹੈ ਸੋਣਾ ਕਰਕੇ ਲਿਖੋ ਮੈਂ गावा ਗੀਤ ਅਮੰਦਾ ਪਲਾ ਲੋੜ ਦਾ ਸਬਨਾ ਦਾ ਰਲ ਕੇ ਰਹਿਣਾ ਮਿੱਠੋ ਸਿੱਖੋ ਮਨ ਚੋਂ ਕੜੋਂ ਨਫ਼ਰਤ ਨੂੰ ਗੁਟਰ ਗੁਟਰ ਗੁ ਇਹ ਜੋ ਸਤਰਾਂ ਲਿਖੀਆਂ ਹੋਇਆਂ ਹੈ ਤੁਹਾਨੂੰ ਇਹ ਸੁੰਦਰ ਤੇ ਵਧੀਆ ਕਰਕੇ ਇੱਥੇ ਲਿਖਣਾ ਹੈ ਹੇ ਦਿੱਤੇ ਚੱਕਰਾ ਵਿੱਚ ਕਬੂਤਰ ਨਾਲ ਸੰਬੰਧਿਤ ਸ਼ਬਦ ਲਿਖੋ ਗੁਟਰ ਗੂੰ ਨਾ ਚੀਨਾ ਗੋਲਾ ਦਾਨੀ ਚੁਗਣਾ ਅਮੰਦਾ ਪ੍ਰਤੀਕ ਖਬਰਾਂ ਪਹੁੰਚਾਣਾ ਤੇ ਉੱਚੀ ਉਡਾਰੀਆਂ ਕੋਈ 10 ਪੰਛੀਆਂ ਦੇ ਨਾਂ ਯਾਦ ਕਰੋ ਉਹਨਾਂ ਪੰਛੀਆਂ ਦੇ ਨਾਂ ਇੱਥੇ ਸਨ ਉੱਲੂ ਕਬੂਤਰ ਤੋਤਾ ਬੱਤਖ ਮੁਰਗਾ ਕਾਂ ਚੀੜੀ ਬਗਲਾ ਹੰਸ ਤੇ ਬਾਜ ਥੈਂਕ ਯੂ ਵੈਰੀ ਮਚ एवरीवन